ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਨੇ? ਤੁਸੀਂ ਵੇਖ ਰਹੇ ਹੋ ਮਦਰ ਸਾਇਨ ਟੀ ਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਮਦਰ ਸਾਇਨ ਜੋਗਿਆ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਰੋਜ਼ ਨਵੀਂ ਵੀਡੀਓ ਨਾਲ ਹਾਜ਼ਰ ਹੁੰਦਾ ਦੋਸਤਾਂ ਭਰਾਵਾਂ ਦੀ ਖਿਦਮਤ ਦੇ ਵਿੱਚ, ਅਤੇ ਮੈਂ ਜਨਾਬ ਉਹਨਾਂ ਭਰਾਵਾਂ ਦਾ ਬੜਾ ਸ਼ੁਕਰੀਆ ਅਦਾ ਕਰਨਾ ਅਤੇ ਬੜਾ ਮਸ਼ਕੂਰ ਹਾਂ ਕਿ ਜਿਹੜੇ ਮੇਰੇ ਚੈਨਲ ਨੂੰ ਬੜੀ ਮੁਹੱਬਤ ਦੇ ਨਾਲ ਅਤੇ ਬੜੀ ਚਾਹਤ ਦੇ ਨਾਲ ਅਤੇ ਬੜੇ ਸ਼ੌਕ ਦੇ ਨਾਲ ਵੇਖਦੇ ਨੇ, ਅਤੇ ਦੋਸਤਾਂ ਜਨਾਬ ਮੇਰੀ ਵੀਡੀਓ ਲਾਈਕ ਸ਼ੇਅਰ ਵੀ ਕਰਦੇ ਨੇ। ਅੱਜ ਮੈਂ ਇੱਕ ਵੀਡੀਓ ਲੈ ਕੇ ਜਨਾਬ ਤੀਸਰੇ ਸੂਬੇ ਵਾਲੀ ਗਾਂ, ਇਹ ਜਨਾਬ ਤੀਸਰਾ ਸੂਬਾ ਸੂਈ ਹੈ ਗਰੰਟੀ ਨਾਲ, ਮਾਸ਼ਾਅੱਲਾ ਜੀ ਪਿੱਛੇ ਇਹਦੇ ਵੱਛੀ ਹੈ, ਇਹਨੂੰ ਜਨਾਬ 2.5 ਮਹੀਨੇ ਹੋ ਗਿਆ ਸੂਈ ਨੂੰ, ਇਹ ਵੱਛੀ ਮਾਸ਼ਾਅੱਲਾ ਜੀ ਵਲੈਤੀ ਕਰਾਸ, 2.5 ਮਹੀਨੇ ਹੋ ਗਿਆ ਜਨਾਬ ਇਹਨੂੰ ਸੂਈ ਨੂੰ ਮਾਸ਼ਾਅੱਲਾ, ਪਿੱਛੇ ਵੱਛੀ ਹੈ, ਪਿੱਛੇ ਵੱਛੀ ਹੈ, 2.5 ਮਹੀਨੇ ਹੋ ਗਿਆ ਜਨਾਬ ਇਹਨੂੰ ਸੂਈ ਨੂੰ। ਦੁੱਧ ਕਿੰਨਾ ਜੀ ਪੱਕਾ? 8 ਕਿਲੋ। ਚੋਲਸਤਾਨੀ ਅਤੇ ਵਲੈਤੀ ਦੇ ਵਿੱਚ ਕਰਾਸ ਹੈ ਜਨਾਬ, ਮਾਸ਼ਾਅੱਲਾ ਬੰਨ ਸ਼ਾਨ ਕੋਈ ਨਹੀਂ ਉੱਤੇ, ਚੋਲਸਤਾਨੀ ਅਤੇ ਵਲੈਤੀ ਦੇ ਵਿੱਚ ਕਰਾਸ ਹੈ, ਤੀਸਰਾ ਸੂਆ ਹੈ, 2.5 ਮਹੀਨੇ ਦੀ ਸੂਈ ਹੈ, ਪਿੱਛੇ ਵੱਛੀ ਹੈ। ਦੁੱਧ ਮੁਕੰਮਲ ਪੱਕਾ ਕਿੰਨਾ? 8 ਕਿਲੋ ਪੱਕਾ। 8 ਕਿਲੋ ਮਾਲਕਾਂ ਦੁੱਧ ਜ਼ਿਆਦਾ, ਲੇਕਿਨ 8 ਕਿਲੋ ਦੁੱਧ ਹੈ ਦੋਨਾਂ ਟਾਈਮਾਂ ਦਾ, ਇੱਕ ਟਾਈਮ ਦਾ 4 ਲੀਟਰ। ਵੱਛੀ ਨੂੰ ਹੁਣ ਕੋਈ ਨਹੀਂ ਛੱਡਦੇ, ਵੱਛੀ ਪੱਠੇ ਖਾਂਦੀ ਮੇਰੇ ਭਾਈ, ਵੱਛੀ ਖਾਂਦੀ ਪੱਠੇ, ਵੱਛੀ ਨੂੰ ਦੁੱਧ ਨਹੀਂ ਪਿਆਉਂਦੇ ਮੇਰੇ ਭਾਈ। ਜਨਾਬ ਮਾਸ਼ਾਅੱਲਾ ਜੀ ਗਾਂ ਹੈ, 4 ਲੀਟਰ ਇੱਕ ਟਾਈਮ ਦਾ ਦੁੱਧ ਹੈ ਜੀ। ਟਰੈਕਟਰ ਤਾਂ ਨਹੀਂ ਆਉਂਦਾ ਪਿਆ, ਇਹ ਪਿੱਛੇ ਵੱਛੀ ਜਨਾਬ, ਤੀਸਰਾ ਸੂਆ, 2.5 ਮਹੀਨੇ ਦੀ ਸੂਈ ਹੈ ਜਨਾਬ, ਇਹ ਗਾਏ ਪਿੱਛੇ ਵੱਛੀ ਹੈ। ₹1,25,000 ਜਨਾਬ ਇਹਦਾ ਮੁੱਲ ਹੈ, ₹1,25,000 ਦੀ ਡਿਮਾਂਡ ਹੈ, ਵਿੱਚ ਕੋਈ ਥੋੜ੍ਹਾ ਬਹੁਤਾ ਪਿਆਰ ਮੁਹੱਬਤ ਹੈ, ₹1,25,000 ਡਿਮਾਂਡ ਹੈ, ਵਿੱਚ ਕੋਈ ਥੋੜ੍ਹਾ ਬਹੁਤਾ ਪਿਆਰ ਮੁਹੱਬਤ ਹੈ। ਚੁਆਈ ਦੀ ਜਨਾਬ ਬਿਲਕੁਲ ਸਾਫ਼ ਸੁਥਰੀ ਮਾਸ਼ਾਅੱਲਾ, ਥਣ ਜਨਾਬ ਬੜਾ ਹੀ ਪਿਆਰਾ, ਚੋਲਸਤਾਨੀ ਵਲੈਤੀ 'ਚ ਕਰਾਸ ਹੈ, ਕਰਮਾਲੀ ਮਾਸ਼ਾਅੱਲਾ ਜੀ, ਗਾਂ ਬੜੀ ਵੱਡੀ ਮਾਸ਼ਾਅੱਲਾ ਜੀ, ਗਾਂ ਦੀ ਹਾਈਟ ਲੰਬਾਈ ਚੁੜਾਈ ਮਾਸ਼ਾਅੱਲਾ ਜੀ। ਇਹ ਪੱਠਿਆਂ 'ਤੇ ਖਾਲੀ ਜੀ, ਖੁਰਾਕ 'ਤੇ ਨਹੀਂ, ਜਿਹੜਾ ਦੁੱਧ ਮੈਂ ਦੱਸ ਰਿਹਾ ਇਹ ਖਾਲੀ ਪੱਠਿਆਂ 'ਤੇ ਇੰਨਾ ਦੇ ਰਹੀ, 8 ਲੀਟਰ ਦੋਨਾਂ ਟਾਈਮਾਂ ਦਾ ਦੁੱਧ ਜ਼ਿਆਦਾ, ਲੇਕਿਨ ਮਾਲਕ ਕਹਿੰਦੇ ਅਸੀਂ 8 ਲੀਟਰ ਹੀ ਜਨਾਬ ਦੱਸਾਂਗੇ, ਅਤੇ ਦੁੱਧ ਸਾਡੀ ਗਾਂ ਕੋਲ ਜ਼ਿਆਦਾ ਹੈ, ਲੇਕਿਨ ਅਸੀਂ 8 ਲੀਟਰ ਹੀ ਦੱਸਾਂਗੇ। ਵੱਛੀ ਜਨਾਬ ਪੱਠੇ ਖਾਂਦੀ ਹੈ, ਵੱਛੀ ਨੂੰ ਵੱਛੀ ਵੀ ਕਰਾਸ ਹੈ ਜਨਾਬ ਮਾਸ਼ਾਅੱਲਾ, ਵੱਛੀ ਨੂੰ ਦੁੱਧ ਹੁਣ ਕੋਈ ਨਹੀਂ ਪਿਲਾਉਂਦੇ, ₹1,25,000 ਵਿੱਚ ਪਿਆਰ ਮੁਹੱਬਤ ਸ਼ਾਮਲ ਥੋੜ੍ਹੀ ਬਹੁਤੀ। ਨੰਬਰ ਮੇਰਾ 0304-79-7776, ਇਹੋ ਹੀ ਮੇਰੇ ਵਟਸਐਪ ਦਾ ਨੰਬਰ ਹੈ, ਇਹੋ ਈਮੇਲ ਦਾ ਨੰਬਰ ਹੈ, ਲੋਕੇਸ਼ਨ ਮੇਰੀ ਆਰਫ ਵਾਲੇ ਦੀ, ਵੀਡੀਓ ਸ਼ੁਰੂ ਤੋਂ ਲੱਗ ਕੇ ਆਖਿਰ ਤੱਕ ਵੇਖਣੀ ਹੈ ਤਾਂ ਕਿ ਤੁਹਾਨੂੰ ਜਨਾਬ ਪੂਰੀ ਗੱਲ ਦੀ ਸਮਝ ਆ ਸਕੇ। ਅੰਮ੍ਰਿਤਾ ਚੋਅ ਨਹੀਂ ਲੈਣਾ ਵਿੱਚ ਹੀ ਚੋਅ ਦੇ, ਨਹੀਂ ਚੋਅ ਦੇ, ਚੋਅ ਦੇ ਕੁਛ ਨਹੀਂ ਹੁੰਦਾ ਇਹ ਜਨਾਬ, ਮੈਂ ਚੁਆਈ ਵੀ ਵਿੱਚੇ ਕਰਵਾ ਲੈਂਦਾ, ਸਾਰਾ ਕੁਛ ਮੇਰੇ ਦੋਸਤਾਂ ਵੇਖ ਲਿਆ, ਚੁਆਈ ਨਾਲ ਇਹ ਕਿ ਮੇਰੇ ਬੇਲੀਆਂ ਨੂੰ ਪਤਾ ਲੱਗ ਜਾਏਗਾ ਕਿ ਦੁੱਧ ਕਿੰਨਾ ਹੈ ਕਿੰਨਾ ਨਹੀਂ। ਆਪਾਂ ਜਨਾਬ ਇਹਨੂੰ ਚੁਆ ਵੀ ਲੈਂਦੇ ਹਾਂ ਮਾਸ਼ਾਅੱਲਾ ਜੀ, ਇਸ ਗਾਏ ਨੂੰ ਥਣ ਛਣ ਵੀ ਚੈੱਕ ਹੋ ਜਾਣਗੇ, ਨਾਲੇ ਦੁੱਧ ਦਾ ਪਤਾ ਲੱਗ ਜਾਏਗਾ ਤੁਹਾਡੇ ਵੀ ਸਾਹਮਣੇ ਅਤੇ ਮੇਰੇ ਵੀ ਸਾਹਮਣੇ।